सबको दुख गवाए जियो सतनाम श्री वाहे गुरु जी तना श्री महला तीजा काचा तन संचे मूर्ख गावार मन मुख फूले अंध गावार काचा तन संचे मूर्ख गावार मन मुख पूले अंध गवारे बिखिया के तन सदा दुख होए ना साथ जाए ना प्राप्त होए साचा तन गुरमति पाए काचा तन फुट आवे जाए रहा मन मुख पूले सब मरे गवारे पव जल टूपे ना उरवार ना पार सतगुर पेटे पूरे पाग साच रते एहनस बैराग चौ जुग में अमृत साची बाणी पूरे पाग हर नाम समणी सिद्ध साधक तरसे सब लोए पूरे पाग प्राप्त होए सब किछ साचा साचा है सोए उत्तम ब्रह्म पछाणे कोए सच साचा सच आप दराए नानक आपे वेखे आपे सच लाए साचा आप सच आप दराए नानक वे आपे वेखे आपे सच लाए वाहेगुरु जी का खालसा वाहेगुरु जी की फतेह गुरु जी का खालसा वाहेगुरु जी की फतेह। मैं तुहाडा सारिआं दा मनी सिंह राव क्लासिक चैनल इस वक्त अज राव क्लासिक चैनल गुरुद्वारा श्री गुरु सिंह सभा दे सामने है ते अज सैकेंड डे है जिहड़े रावकला दी संगत है इस्त्री सत्संग ते ओ किसानां वास्ते सुखमनी साहिब दे पाठ कर रहे हैं दो दिनों तो अज सैकेंड डे उन्हां दा अज असीं तुहाडी सारिआं नाल गल करावांगे। हाँ जी तुसीं गुरु साध संगत जी वाहिगुरु जी का खालसा वाहिगुरु जी की फतेह। असी रौलकेले दी सिंह सभा दी सिंह सत्संग सभा ने मिल के अरदास बेनती कीती है। असी सारे चाहते हाँ गुरु महाराज किसानों ने जो मोर्चा लाया है दिल्ली विच उसका सानू सही फैसला मिलना चाहिए है हाँ या ना विच असी किसी तरह भी अपने किसी तरह भी असी इन्हां नाल अपने एग्रीमेंट नू बदलना नहीं चाहते असी नियम नू बदलना नहीं चाहते नियम नू पास करना चाहते हैं साढ़े जो सत्संग जो किसानों का नियम है जो कानून है उसनों सरकार मने
ਤਾਂ ਅਸੀਂ ਇਸ ਚੜ੍ਹਦੀ ਕਲਾ ਵਾਸਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਕੀਤੀ ਹੈ। ਵਾਹਿਗੁਰੂ ਕਿਰਪਾ ਕਰਨ ਤੇ ਜਲਦੀ ਹੀ ਇਸ ਦਾ ਫੈਸਲਾ ਹੋਵੇ। ਇਹ ਸਾਰੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ, ਸਾਰੀ ਸੰਗਤ ਇਸ ਸਾਰਾ ਰੌੜਕੇਲਾ ਕੀ ਸਾਰਾ ਦੇਸ਼ ਹੀ ਕਿਸਾਨਾਂ ਦੇ ਨਾਲ ਹੈ। ਅਗਰ ਸੱਚਾਈ ਹੈ ਤਾਂ ਹੀ ਦੁਨੀਆ ਸਾਥ ਦੇ ਰਹੀ ਹੈ। ਇਸ ਲਈ ਇਸ ਵਿੱਚ ਕੋਈ ਸੋਚਣ ਵਿਚਾਰਨ ਵਾਲੀ ਸਰਕਾਰ ਨੂੰ ਮੌਕਾ ਹੀ ਨਹੀਂ ਮਿਲਣਾ ਚਾਹੀਦਾ। ਸਾਨੂੰ ਇਸ ਦਾ ਸਹੀ ਫੈਸਲਾ ਮਿਲਣਾ ਚਾਹੀਦਾ ਹੈ। ਇਹ ਜੋ 3 ਕਾਨੂੰਨ ਹਨ ਇਹ ਸਾਰੇ ਰੱਦ ਹੋਣੇ ਚਾਹੀਦੇ ਹਨ। ਸਾਡੀ ਸਾਰਿਆਂ ਵੱਲੋਂ ਬਾਰ ਬਾਰ ਸਰਕਾਰ ਨੂੰ ਇਹ ਅਪੀਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਦੇ ਨਾਲ ਅਸੀਂ ਹੋਰ ਵੀ ਸੰਗਤ ਨਾਲ ਪੁੱਛਾਂਗੇ, ਆਂਟੀ ਜੀ ਤੁਸੀਂ ਕੀ ਬੋਲਣਾ ਚਾਹੋਗੇ ਸਾਰੀ ਸੰਗਤ ਨੂੰ, ਜਿਹੜਾ ਕਾਲਾ ਕਾਨੂੰਨ ਬੀਜੇਪੀ ਤਰਫੋਂ ਮੋਦੀ ਤਰਫੋਂ ਜਿਹੜਾ ਚਾਲੂ ਕੀਤਾ ਗਿਆ, ਤੁਸੀਂ ਉਸ ਦੇ ਬਾਰੇ ਕੀ ਬੋਲਣਾ ਚਾਹੋਗੇ? ਕਿਸਾਨ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਵਿਰੋਧ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੀਆਂ ਸੰਗਤਾਂ ਨੇ, ਰੌੜਕੇਲੇ ਸਮੂਹ ਸੰਗਤਾਂ ਨੇ ਗੁਰੂ ਸਿੰਘ ਸਭਾ ਵਿਖੇ ਇਕੱਠੇ ਹੋ ਕੇ ਇਹ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਦਿੱਲੀ ਵਿਖੇ, ਉਹਦੇ ਵਾਸਤੇ ਪਾਠਾਂ ਦੀ ਲੜੀ ਆਰੰਭ ਕੀਤੀ ਹੋਈ ਹੈ, ਤਾਂ ਜੋ ਗੁਰੂ ਮਹਾਰਾਜ ਕਿਰਪਾ ਕਰਨ ਕਿਸਾਨਾਂ ਵੀਰਾਂ ਨੂੰ ਉਹਨਾਂ ਦਾ ਸੰਘਰਸ਼ ਵਾਸਤੇ ਕਾਮਯਾਬੀ ਮਿਲ ਸਕੇ। ਔਰ ਜਦੋਂ ਤੱਕ ਵੀਰ ਸਾਡੇ ਵੀਰ ਆ ਸਾਡੇ ਸਾਰੇ ਪੰਜਾਬ ਤੋਂ ਬਿਲੋਂਗ ਕਰਦੇ, ਜਦੋਂ ਤੱਕ ਸਾਨੂੰ ਇਸ ਚੀਜ਼ 'ਚ ਕਾਮਯਾਬੀ ਨਹੀਂ ਮਿਲੇਗੀ, ਅਸੀਂ ਪਿੱਛੇ ਨਹੀਂ ਹਟਾਂਗੇ, ਇਸੇ ਤਰ੍ਹਾਂ ਪਾਠ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਦੇ ਨਾਲ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਕੁਲਵਿੰਦਰ ਕੌਰ। ਕੁਲਵਿੰਦਰ ਕੌਰ ਜੀ, ਤੁਸੀਂ ਕੀ ਬੋਲਣਾ ਚਾਹੋਗੇ ਸਾਰੀ ਸੰਗਤ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੋਲਣਾ ਚਾਹੁੰਦੀ ਹਾਂ, ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਆ ਇਹਨਾਂ ਨੂੰ ਜਲਦ ਤੋਂ ਜਲਦ ਖਤਮ ਕੀਤਾ। ਸਾਡੇ ਵੀਰ ਭਰਾ ਠੰਡੀਆਂ ਸਰਦੀ ਵਿੱਚ ਰੋਡਾਂ 'ਤੇ ਬੈਠ ਬੈਠ ਕੇ ਸੰਘਰਸ਼ ਲਈ ਜੁਟੇ ਹੋਏ ਹਨ। ਅਸੀਂ ਕੁਛ ਨਹੀਂ ਹਾਂ ਉਹਨਾਂ ਦੇ ਅੱਗੇ, ਹੈ ਨਾ। ਆਪਾਂ ਇੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਰਹੇ ਹਾਂ। ਮੇਰਾ ਤਾਂ ਸਰਕਾਰ ਅੱਗੇ ਇਹੀ ਉਹ ਬੇਨਤੀ ਹੈ ਕਿ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ, ਅਤੇ ਸਾਡੇ ਵੀਰਾਂ ਨੂੰ, ਭਰਾਵਾਂ ਨੂੰ, ਸਭ ਨੂੰ ਹੱਕ ਦਿੱਤੇ ਜਾਣ ਉਹਨਾਂ ਦੇ ਜੋ ਵੀ ਹੈਗਾ। ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ। ਨਾਲ ਦੇ ਨਾਲ ਇੱਕ ਸਵਾਲ, ਮੇਰਾ ਇੱਕ ਹੋਰ ਸਵਾਲ ਹੈ। ਐਜ਼ ਅ ਲੇਡੀਜ਼ ਹੋਣ ਦੇ ਨਾਤੇ ਕੰਗਨਾ ਰਣੌਤ ਨੇ ਸਾਡੀ ਜਿੰਨੇ ਵੀ ਪੰਜਾਬ ਦੀ ਮਾਤਾਵਾਂ ਨੇ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ 100-100 ਰੁਪਏ ਦੇ ਵਿੱਚ ਆ ਕੇ ਤੁਸੀਂ ਧਰਨਾ ਲਾ ਰਹੇ ਹੋ, ਅਤੇ ਉਸਦੇ ਬਾਰੇ ਕੀ ਬੋਲਣਾ ਚਾਹੋਗੇ? ਉਹਦੇ ਬਾਰੇ ਅਸੀਂ ਬੋਲਣਾ ਚਾਹੁੰਦੇ ਹਾਂ, ਸਾਡੀਆਂ ਬਹੁਤ ਖੇਤੀਬਾੜੀਆਂ ਨੇ, ਬਹੁਤ ਕੁਛ ਹੈ ਸਾਡੇ ਕੋਲ, ਉਹ ਸਾਡੇ ਖੇਤਾਂ ਵਿੱਚ ਆ ਕੇ, ਅਸੀਂ 1000 ਰੁਪਏ ਉਹਨੂੰ ਦਿਹਾੜੀ ਦੇ ਰਹੇ ਹਾਂ, ਉਹ ਸਾਡੇ ਖੇਤਾਂ ਵਿੱਚ ਆ ਕੇ ਕੰਮ ਕਰੇ ਉਹ, ਅਸੀਂ ਉਹਨਾਂ ਨੂੰ 1000 ਰੁਪਏ ਦੇਵਾਂਗੇ, ਉਹ 100 ਰੁਪਏ ਕਹਿੰਦੀ, ਅਸੀਂ 1000 ਰੁਪਏ ਦੇਣ ਨੂੰ ਦਿਆਂਗੇ। ਕੰਗਨਾ ਰਣੌਤ ਨੂੰ ਜਵਾਬ ਹੈ? ਹਾਂ, ਕੰਗਨਾ ਰਣੌਤ ਨੂੰ ਮੇਰਾ ਜਵਾਬ ਆ, ਬਸ। ਨਾਲ ਦੇ ਨਾਲ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਅੱਜ ਉੜੀਸਾ ਦੇ ਰੌਕਲਾ ਦੇ ਵਿੱਚ ਵੀ ਅੱਜ ਪੂਰਾ ਭਾਰਤ ਬੰਦ ਸੀ, ਅਤੇ ਨਾਲ ਦੇ ਨਾਲ ਉੜੀਸਾ ਦੇ ਵਿੱਚ ਵੀ ਵਿਰੋਧ ਕੀਤਾ ਗਿਆ ਇਹ ਕਾਲੇ ਕਾਨੂੰਨ ਦੇ, ਅਤੇ ਨਾਲ ਦੇ ਨਾਲ ਹੀ ਜਦੋਂ ਵੀ ਕੋਈ ਵੀ ਸੰਘਰਸ਼ ਜਿਹੜਾ ਪੰਜਾਬ 'ਚ ਚੱਲ ਰਿਹਾ, ਨਾਲ ਦੇ ਨਾਲ ਤੁਹਾਨੂੰ ਉੜੀਸਾ ਦੇ ਅੰਦਰ ਜੋ ਵੀ ਲਾਗੂ ਹੋਣਗੇ ਕਾਨੂੰਨ ਅਤੇ ਪੰਜਾਬ ਤੋਂ ਕੋਈ ਵੀ ਡਿਸੀਜਨ ਆਊਗਾ, ਅਤੇ ਉੜੀਸਾ ਦੀ ਸੰਗਤ ਵੀ ਉਹਨਾਂ ਦੇ ਨਾਲ ਹੈਗੀ ਆ, ਅਤੇ ਜੋ ਵੀ ਅਪਡੇਟ ਮਿਲੂਗਾ ਤੁਹਾਨੂੰ ਰੌਕਲਾ ਸਿੱਖ ਚੈਨਲ ਦਿੰਦਾ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।